ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਡਾ ਨਾਮ ਕੀ ਆ? ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਤੇ ਤੁਸੀਂ ਕਿੱਥੋਂ ਆਏ? ਡੈਲਸ ਟੈਕਸਸ। ਠੀਕ ਹੈ। ਹਾਂਜੀ। ਤੇ ਤੁਸੀਂ ਕਾਹਤੋਂ ਆਏ ਅੱਜ? ਅੱਜ ਇੱਥੇ ਸਟੇਟ ਹਾਊਸ ਦੇ ਵਿੱਚ ਵਰਲਡ ਐਕੁਇਟੀ ਇਕੁਐਲਿਟੀ ਡੇ ਜਿਹੜਾ ਉਹਦਾ ਬਿੱਲ ਜਿਹੜਾ ਇੰਟਰੋਡਿਊਸ ਹੋਣਾ ਉਹਦੀ ਸਪੋਰਟ ਦੇ ਵਿੱਚ ਅਸੀਂ ਆਏ ਹੈਗੇ ਹਾਂ। ਔਰ ਮੈਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਮੀਡੀਆ ਕੌਂਸਲ ਦਾ ਮੈਂਬਰ ਵੀ ਹਾਂ, ਸੋ ਉਹਦੀ ਕਵਰੇਜ ਦੇ ਵੀ ਲਈ ਆਇਆ ਮੈਂ ਇੱਥੇ। ਸੋ ਠੀਕ ਹੈ, ਫਿਰ ਟੈਕਸਸ ਦੇ ਵਿੱਚ ਇਹ ਚੀਜ਼ਾਂ ਹੁੰਦੇ ਆ? ਹਾਂਜੀ ਬਿਲਕੁਲ ਹੁੰਦੀਆਂ ਜੀ। ਅਤੇ ਟੈਕਸਸ ਦੇ ਵਿੱਚ ਵੀ ਅਵੇਅਰਨੈਸ ਹੁੰਦੀ ਆ ਸਿੱਖਾਂ ਦੀ? ਹਾਂਜੀ, ਐਵਰੀਵੇਅਰ ਜਿੱਥੇ ਵੀ ਸਿੱਖ ਰਹਿ ਰਹੇ ਹੈਗੇ ਆ ਬੜੀ ਜ਼ੋਰ ਸ਼ੋਰ ਦੇ ਨਾਲ ਜਿਹੜੀ ਅਵੇਅਰਨੈਸ ਆ ਉਹਦੇ ਲਈ ਕੰਮ ਕਰ ਰਹੇ ਹੈਗੇ ਆ। ਔਰ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਵਰਗੇ ਨੌਜਵਾਨਾਂ ਦਾ, ਜਿਹੜਾ ਯੂਥ ਆ ਉਹ ਵੀ ਇਸ ਗੱਲ ਦੇ ਵਿੱਚ ਸ਼ਾਮਿਲ ਆ। ਬੜੀ ਖੁਸ਼ੀ ਹੋਈ ਦੇਖ ਕੇ ਕਿ ਯੂ ਆਲ ਯੰਗ ਪੀਪਲ ਪਾਰਟੀਸਪੇਟਿੰਗ ਇਨ ਦਾ, ਆਮ ਹੈਪੀ ਫੋਰ ਦੈਟ। ਥੈਂਕ ਯੂ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।